ਪੰਜਾਬ ਪੁਲਿਸ ਦੀ ਕਾਸਕੋ ਮੁਹਿੰਮ ਦੇ ਤਹਿਤ ਆਜ ਸਮਾਣਾ ਉਪਮੰਡਲ ਦੇ ਪਿੰਡ ਮੁਰਾਦਪੁਰਾ ਦੇ ਵਿੱਚ ਪੁਲਿਸ ਵੱਲੋਂ, ਤੁਸੀਂ ਦੇਖੋ ਜਿੱਥੇ ਨਸ਼ਾ ਵੇਚਣ ਵਾਲੇ ਲੋਕ ਰਹਿੰਦੇ ਆ ਇਸ ਪਿੰਡ ਦੇ ਵਿੱਚ, ਰੇਡ ਕੀਤੀ ਜਾ ਰਹੀ ਹੈ, ਚੈਕਿੰਗ ਕੀਤੀ ਹੈ ਘਰ ਘਰ ਘਰਾਂ ਦੀ, ਪੁਲਿਸ ਦੇ ਮੁਲਾਜ਼ਮ ਔਰ ਲਗਾਤਾਰ ਚੈੱਕ ਕਰ ਰਹੇ ਵੀ ਕਿਸ ਤਰ੍ਹਾਂ ਇਹ ਲੋਕ ਲੈ ਕੇ ਆਉਂਦੇ ਆ। ਪੁਲਿਸ ਅਧਿਕਾਰੀ ਸਮਾਣਾ ਸਦਰ ਜਿਹੜੇ ਕਿ ਕਾਸਕੋ ਓਪਰੇਸ਼ਨ ਦੇ ਤਹਿਤ ਪਿੰਡ ਮੁਰਾਦਪੁਰਾ ਵਿੱਚ ਤੁਸੀਂ ਦੇਖ ਰਹੇ ਹੋ, ਪੁਲਿਸ ਦੇ ਜਵਾਨ ਲਗਾਤਾਰ ਘਰ ਘਰ ਦੀ ਤਲਾਸੀ ਲੈ ਰਹੇ ਹੈ ਔਰ ਇਸ ਟੀਮ ਦੇ ਵਿੱਚ ਕਾਫੀ ਲੋਕ ਸ਼ਾਮਿਲ ਹੈ ਜਿਹੜੇ ਕਿ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਹੈ ਉਹਨਾਂ ਦੇ ਖਿਲਾਫ ਪੁਲਿਸ ਲਗਾਤਾਰ ਇਹ ਚੈਕਿੰਗ ਕਰ ਰਹੀ ਹੈ ਔਰ ਇਸ ਦੇ ਤਹਿਤ ਇਕੱਲੀ ਇਕੱਲੀ ਚੀਜ਼ ਉਹਨਾਂ ਕਿ ਤੁਸੀਂ ਦੇਖ ਰਹੇ ਹੋ ਇਕੱਲੀ ਇਕੱਲੀ ਚੀਜ਼ ਚੈੱਕ ਕੀਤੀ ਜਾ ਰਹੀ ਵੀ ਨਸ਼ਾ ਕਿੱਥੇ ਲੁਕੋ ਕੇ, ਲੇਕਿਨ ਇੱਥੋਂ ਕੁਛ ਲੋਕ ਮੌਕੇ 'ਤੇ ਆਪਣੇ ਜੰਦੇ ਲਾ ਕੇ ਫਰਾਰ ਹੋ ਗਏ ਹੈ। ਪੁਲਿਸ ਲਗਾਤਾਰ ਇਸ ਤਰ੍ਹਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਸਾਡੇ ਮਾਣਯੋਗ CM ਸਾਹਿਬ ਵੱਲੋਂ ਅਤੇ ਮਾਣਯੋਗ DGP ਸਾਹਿਬ ਦੇ ਹੁਕਮ ਨਿਰਦੇਸ਼ਾਂ ਤਹਿਤ, ਸਾਡੇ ਮਾਣਯੋਗ SSP ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਅੱਜ ਸਾਡੇ ਕਾਸ ਓਪਰੇਸ਼ਨ, ਸਾਡੇ ਮਾਣਯੋਗ DSP ਸਾਹਿਬ ਨੇਹਾ ਅਗਰਵਾਲ ਦੀ ਅਗਵਾਈ ਵਿੱਚ ਥਾਣਾ ਸਿਟੀ ਏਰੀਏ ਦੇ ਵਿੱਚ ਸਮਾਣੇ ਦੇ ਵਿੱਚ ਕਾਸ ਓਪਰੇਸ਼ਨ ਚਲਾਇਆ ਗਿਆ, ਜਿਸ ਸੰਬੰਧੀ ਅਸੀਂ ਜੋ ਸਾਡੇ ਏਰੀਏ ਦੇ ਵਿੱਚ ਨਸ਼ਾ ਦੇ ਸਮਗਲਰ ਜਾਂ ਨਸ਼ੇ ਦੇ ਪੈਡਲ ਨੇ ਜਿਹੜੇ ਹੈਗੇ ਨੇ ਉਹਨਾਂ ਦੇ ਘਰਾਂ 'ਤੇ ਰੇਡਾਂ ਕੀਤੀਆਂ ਜਾ ਰਹੀਆਂ ਨੇਗੀਆਂ ਅਤੇ ਜੋ ਸੰਬੰਧੀ ਜੋ ਸਾਨੂੰ ਜੇ ਕੋਈ ਨਸ਼ਾ ਵੇਚ ਉਹ ਮਿਲ ਰਿਹਾ ਤਾਂ ਅਸੀਂ ਉਹਦੇ ਖਿਲਾਫ਼ ਅਸੀਂ ਬਣਦੀ ਕਾਰਵਾਈ। ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਅਨੁਸਾਰ ਨਾ ਹਰੇਕ ਜ਼ਿਲ੍ਹੇ ਦੇ ਵਿੱਚ ਕਾਸ ਓਪਰੇਸ਼ਨਸ ਕੀਤੇ ਜਾ ਰਹੇ ਨੇ ਅੱਜ, ਕੋਡਨ ਐਂਡ ਸਰਚ ਓਪਰੇਸ਼ਨਸ, ਅਤੇ ਜਿੰਨੇ ਵੀ ਮਤਲਬ ਸਾਡੇ ਹੌਟਸਪੌਟਸ ਨੇ ਡਰੱਗਸ ਦੇ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ, ਚੈੱਕ ਕਰ ਰਹੇ ਹਾਂ। ਕੰਬਾਈਂਡ ਐਫਰਟ ਹੈ ਸਾਡਾ ਨਾਲ ਸਦਰ ਸਮਾਣੇ ਦਾ ਵੀ, ਪੁਲਿਸ ਪਾਰਟੀ ਹੈਗੀ ਹੈ ਅਤੇ ਸਿਟੀ ਸਮਾਣੇ ਦੀ ਵੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।